ਬੇਟਾ ਤਵੱਜੋ ਹੈ, ਬਿਲੂ ਕੱਪੜੇ ਇੱਧਰ ਵੇਖ, ਧਿਆਨ ਕਰ, ਛੋੜ ਮੋਬਾਈਲ, ਤੂੰ ਕੀ ਇਹਦੇ ਚੋਂ ਕੱਢਣਾ ਵਾ? ਵੇਖੋ ਨਾ ਬਜ਼ੁਰਗ ਹਲਾਨ ਜਲਸੇ ਚ ਮੈਂ ਕਿਹਾ ਟਿਚ 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 ਲੱਗੇ ਹੀ ਰਹਿੰਦੇ ਨੇ। ਅੱਲਾ ਉਹਨੂੰ ਤੂੰ ਕਹਿ ਦੇ ਜਾਨੂ ਆਈ ਆ ਮਸਜਿਦ। ਮਾਵਾਂ ਦੀਆਂ ਮੇਰੇ ਪੁੱਤ ਨੂੰ ਹੋਸ਼ ਨਹੀਂ ਆਉਂਦੀ ਤੇ ਹੋਸ਼ ਘੱਟਾ ਆਵੇ ਹੈਂ? ਇਹ ਜਿਹੜੀ ਰੋਜ਼ ਪਾਈਆ ਖੂਨ ਦੀ ਬੋਤਲ ਚੂਸਦਾ, ਮੋਬਾਈਲ ਹੀ ਚੂਸਦਾ, ਸਾਰੀ ਸਾਰੀ ਰਾਤ ਸੌਂਦੇ ਨੇ, ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਮੁੰਡੇ ਦੀ ਜਾਨ ਛੂ ਤੇ ਮੁੰਡੇ ਦੀ ਮੰਗਣੀ ਹੋ ਜਾਣੀ ਗਲੀ ਚ, ਤੂੰ ਉਹ ਗਲੀ ਨਾ ਲੰਘਣਾ ਕਿ ਮੇਰੀ ਮੰਗੇਤਰ ਦੀ ਮੰਗਣੀ, ਇੱਥੇ ਮੇਰੀ ਮੰਗੇਤਰ ਤੇ ਮੈਂ ਨਹੀਂ ਲੰਘਣਾ। ਤੇ ਹੁਣ ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਜਾਨ ਛੁੱਟਣੀ ਨਹੀਂ, ਹੁਣ ਤੇ ਅਗਲਿਆ ਪਾਵਰ ਬੈਂਕ ਰੱਖ ਲੈ। ਪਹਿਲੀਆਂ ਮਾਈਆਂ ਸਵੈਟਰ ਆਉਂਦੀਆਂ ਸੀ ਬੋਲੋ, ਤੇ ਹੁਣ ਦੀਆਂ ਬੀਬੀਆਂ ਕੋਲ ਬਹਾ ਕੇ ਬੱਚੇ ਤੇ ਫੇਸਬੁੱਕ ਚਲਾਉਂਦੀਆਂ, ਬਾਲ ਦੁੱਧ ਵਾਲੀ ਹਾਂਡੀ ਚ ਹੱਥ ਪਾ ਲੈਂਦਾ, ਹੈ ਮੈਂ ਮਰ ਗਈ ਤੇ ਮੈਂ ਮਰਨਾ ਨਹੀਂ, ਮੈਂ ਪਹਿਲੋਂ ਫੇਸਬੁੱਕ ਘੱਟ ਚਲਾਉਂਦੀ ਬਾਲ ਨੂੰ। ਹੁਣ ਯਾਰ ਯਾਰ ਨੂੰ ਕਾਰਡ ਘੱਲਦਾ, ਮੇਰੀ ਭੈਣ ਦੀ ਮਹਿੰਦੀ ਏ, ਤੇ ਜਰਾ ਸੱਜ ਕੇ ਆਵੀ ਤੇ ਦੁਪੱਟਾ ਪੀਲਾ ਮੈਂ ਦੇਵਾਂਗਾ, ਤੇ ਜਰਾ ਮੇਰੀ ਭੈਣ ਦੇ ਸਾਹਮਣੇ ਟੌਰੀ ਕਿਸਮ ਦਾ ਡਾਂਸ ਕਰਨਾ ਹੀ, ਤਾਂ ਕਿ ਮੇਰੀਆਂ ਭੈਣਾਂ ਵੇਖ ਕੇ ਆਖਣ ਮੇਰੇ ਭਰਾ ਦੀ ਯਾਰੀ ਕਿਸੇ ਨਸਲੀ ਕੰਜਰ। ਬੇਟਾ ਬੈਠ ਜਾਓ ਪੁੱਤਰੋ ਬੈਠ ਜਾਓ। ਇੱਕ ਤਾਂ ਸਾਡੇ ਜਿਹੜੇ ਬਾਲ ਨੇ ਨਾ, ਇਹਨਾਂ ਨੂੰ ਪਤਾ ਨਹੀਂ ਕਿਹੜੀ ਮਿੱਟੀ ਲੱਗੀ। ਚੁੱਪ ਕਰਕੇ ਪੁੱਤਰ ਤੁਸੀਂ ਬਹਿੰਦੇ, ਤੁਹਾਨੂੰ ਮੌਲਵੀ ਡੱਕਦੇ ਨਹੀਂ ਨਾ, ਅਸਲ 'ਚ ਤੁਹਾਡਾ ਮਾਹੌਲ ਨਹੀਂ ਬਣਿਆ। ਮੌਲਵੀ ਆਪਣੀ ਤਕਰੀਰ ਕਰਦੇ ਰਹਿੰਦੇ, ਤੁਸੀਂ ਆਪਣੀ ਕਰਦੇ ਰਹਿੰਦੇ। ਇੱਕ ਬੇਲੀ ਮੈਨੂੰ ਘੜੀ ਘੜੀ ਵੇਖੇ, ਮੈਂ ਸਮਝਿਆ ਵੀ ਸਿਆਣਨ ਦਿਆ ਵੀ ਤਕਰੀਰ ਵੇਖੀ ਹੋਣੀ, ਅਤੇ ਮੈਨੂੰ ਮੈਂ ਉਹਨੂੰ ਕਿਹਾ ਬੰਦੇ ਨੂੰ ਕਹੀ, ਮੈਂ ਯਾਰ ਕੀ ਵੇਹਨਾ ਬਾਰ ਬਾਰ, ਕਹਿੰਦਾ ਮੌਲਵੀ ਜੀ ਮੈਂ ਵੇਹਨਾ ਵਾਂ ਵੀ ਜੇ ਅਸੀਂ ਨਾ ਹੋਈਏ ਤੁਸੀਂ ਕਿੱਥੋਂ ਖਾਵੋ। ਤੇ ਜਿਹੜਾ ਇਮਰਾਨ ਖਾਨ ਬੋਲਦਾ ਹੈ ਨਾ, ਇਹ ਬਾਂਦਰ ਮੂੰਹਾਂ, ਸਹੀ ਗੱਲ, ਇਹ ਜਿਹੜਾ ਬੋਲਦਾ ਹੈ ਨਾ, ਆਂਦਾ ਕਿ ਮੈਂ ਬੜਾ ਕੁਛ ਕੀਤਾ ਹੈ, 2.5 ਸਾਲ ਤੂੰ ਹੀ ਵੇਚ ਹੀ ਰਿਹਾ ਸਾ, ਹਾਂ ਮੌਲਵੀਆਂ ਨਾਲ ਤੂੰ ਵਿਗਾੜੀ ਏ। ਇਹਨੇ ਕਿਹਾ ਵਾ ਵੀ 20% ਹੁਣ ਤੇ ਭਾਈ ਮੋਟਰ ਸੜ ਜਾਣਾ, ਤੇ ਬੰਦਾ ਚਾਚੀ ਵੱਲੋਂ ਪਾਣੀ ਭਰਨ ਜਾਏ ਤੇ ਦੂਜੀ ਵਾਰ ਬਟਨ ਸੁੱਟੀਏ ਨਾ, ਚਾਚੀ ਲੱਗ ਪੈਂਦੀ, ਇਹ ਸਾਡਾ ਵੀ ਹੁਣ ਪੰਪ ਸਾੜ ਕੇ ਸਾਹ ਲਿਆ ਜੇ। ਜਿਹਦੀ ਧੀ ਤੇ ਕਜ਼ਨ, ਹੁਣ ਕੋਈ ਸਹੇਲੀ ਹੈ ਤੇ ਕਜ਼ਨ, ਸਹੇਲਾ ਹੈ ਤੇ ਕਜ਼ਨ, ਉਹ ਬੋਲੋ ਤੇ ਸਹੀ ਹੈ, ਇਹ ਕਜ਼ਨ ਕਜ਼ਨ ਚੱਲ ਪਿਆ। ਉਦੋਂ ਕਜ਼ਨ ਸਿਆਪਾ ਨਹੀਂ ਸੀ, ਅੰਟੀ ਅੰਕਲ ਪਾਪਾ ਨਹੀਂ ਸੀ। ਬਾਬਾ ਤੈਨੂੰ ਕਦੀ ਪਾਪਾ ਕਿਹਾ ਸੀ ਕਿਸੇ? ਆਪਣੀਆਂ ਧੀਆਂ ਤੇ 7 ਗਲਤੀਆਂ ਕਰਨ ਤੇ ਮਾਵਾਂ ਦੀਆਂ ਨਹੀਂ, ਇਹ ਮੇਰੀਆਂ ਧੀਆਂ ਬੱਚੀਆਂ, ਇਹ ਫੀਟਰ ਪੀਂਦੀਆਂ ਨੇ, ਤੇ 9 ਇੱਕ ਕਰ ਲੈ ਤੇ ਸਾਰੇ ਕਲਾਸ ਕੇ ਤੇ ਸਾਰੇ ਘਈਏ ਵਾਲੇ ਚ ਦੱਸਣਾ। ਮਾਵਾਂ ਦੀਆਂ ਮੇਰੇ ਪੁੱਤ ਨੂੰ ਹੋਸ਼ ਨਹੀਂ ਆਉਂਦੀ ਤੇ ਹੋਸ਼ ਘੱਟਾ ਆਵੇ ਹੈਂ? ਇਹ ਜਿਹੜੀ ਰੋਜ਼ ਪਾਈਆ ਖੂਨ ਦੀ ਬੋਤਲ ਚੂਸਦਾ, ਮੋਬਾਈਲ ਹੀ ਚੂਸਦਾ, ਸਾਰੀ ਸਾਰੀ ਰਾਤ ਸੌਂਦੇ ਨੇ, ਜਿੰਨਾ ਚਿਰ ਬੈਟਰੀ ਮੁੱਕਣੀ ਨਹੀਂ ਮੁੰਡੇ ਦੀ ਜਾਨ ਛੁੱਟਣੀ। ਮਗਰ ਮੈਂ ਕਹਿੰਦਾ ਅੱਜ 90% ਲੜਕੀਆਂ ਨੂੰ ਤਲਾਕਾਂ ਸੱਸਾਂ ਦੀ ਵਜ੍ਹਾ ਤੋਂ ਹੁੰਦੀਆਂ, ਸੱਸਾਂ ਗੱਲ ਹੀ ਇੰਜ ਦੀਆਂ ਕਰਦੀਆਂ ਨੇ, ਤੇ ਹੁਣ ਰਾਤ ਨੂੰ ਲੜਾਈ ਹੁੰਦੀ ਏ ਤੇ ਉੱਥੋਂ ਹੀ ਓਪੋ ਦਾ ਮੋਬਾਈਲ ਕਰਕ ਜਾਂਦਾ, ਐ ਲੈ ਜਾਓ ਆਪਣੀ ਸਗਾਤ ਆ। ਤੇ ਬੇਗਮ ਅੱਧੀ ਰਾਤ ਤੱਕ ਨਾ ਜਾਨੂ ਐਕਸਕਿਊਜ਼ ਮੀ ਮੈਨੂੰ ਪਾਈਨਐਪਲ ਕਾ ਜੂਸ ਲਾ, ਇੱਥੋਂ ਨਾ ਲੱਭੇ ਜਾਣਗੇ ਸ਼ੇਖੂਪੁਰੇ, ਉਹ ਬੋਲੋ ਤੇ ਸਹੀ, ਉੱਥੋਂ ਨਾ ਲੱਭੇ ਪਰ ਲਾਹੌਰ ਤੁਰ ਜਾਣਗੇ, ਅਗਲੀ ਨੇ ਵੜਨ ਨਹੀਂ ਦੇਣਾ ਕਾ। ਤੇ ਮਾਂ ਮਰੀ ਜਾਂਦੇ ਨੇ ਮੇਰੀ ਮੋਟਰ, ਅਗਲੇ ਦਿਨ ਇੱਕ ਕਮਤਰਾ ਮੈਨੂੰ 500 ਦਾ ਜੇਲੀ ਤਕਰੀਰ 'ਚ ਦੇ ਗਿਆ, ਆ ਵੇਖੋ ਕੋ ਹਾਲ, ਆ ਵੇਖੋ। ਤੇ ਇੱਥੇ ਕੁਰਬਾਨੀ ਕਰਨਗੇ, ਇੱਕ ਲੱਤ ਘੱਲ ਦਿਓ ਸੱਸ ਨੂੰ, ਇੱਕ ਕੁੜਮਾ ਨੂੰ, ਇੱਕ ਸਾਂਡੂ ਨੂੰ, ਇੱਕ ਬੇਲੀ ਨੂੰ, ਤੇ ਪਸਲੀਆਂ ਚਰਬੀ ਵੀ ਰਲਾ ਦਿਓ ਵਿੱਚ, ਕੋਈ ਗੱਲ ਨਹੀਂ, ਚਰਬੀ ਵੀ ਕੁਰਬਾਨੀ ਦੀ ਸਵਾਬ, ਤੇ ਤੇਰੀ ਸੱਸ ਨੂੰ ਚਰਬੀ ਨਹੀਂ ਲੰਘਦੀ। ਤਵੱਜੋ ਮੇਰੇ ਵੱਲ, ਜਵਾਈਆਂ ਦੀ ਇੱਜ਼ਤ ਕਰਿਆ ਕਰੋ, ਜਿਹੜਾ ਪਹਿਲੇ ਦਿਨ ਖਾਣਾ ਖਵਾਉਂਦੇ ਨਾ, ਮਰਨ ਤੱਕ ਉਹ ਹੀ ਖਵਾਇਆ ਕਰੋ। ਇਹ ਜਿਵੇਂ ਜਿਵੇਂ ਜਵਾਈ ਮਾੜਾ ਪੁਰਾਣਾ ਹੁੰਦਾ ਜਾਏ ਨਾ, ਫਿਰ ਗੋਭੀ ਤੇ ਗੱਲ ਆਈ, ਸਾਡਾ ਜਵਾਈ ਤੇ ਬੜਾ ਚੰਗਾ ਗੋਭੀ ਖਾ ਲੈਂਦਾ ਵਾ, ਸਾਡਾ ਜਵਾਈ ਤੇ ਚੰਗਾ ਤੇ ਆਪੇ ਹੀ। ਸਬਸਕ੍ਰਾਈਬ ਨਹੀਂ ਕੀਤਾ ਤਾਂ ਅਭੀ ਸਬਸਕ੍ਰਾਈਬ ਕਰੇ, ਔਰ ਬੈਲ ਆਈਕਨ ਕੋ ਕਲਿੱਕ ਕਰਕੇ ਹਮਾਰੀ ਲੇਟੈਸਟ ਵੀਡੀਓਜ਼ ਕੇ ਬਾਰੇ ਮੇਂ ਅਪਡੇਟ ਜਾਣੇ।